ਅੱਲਾ ਜਾਣੇ ਤੇ ਸਾਰੇ ਗਏ ਕਿਤੇ ਖੱਚਦੀਆਂ ਖੱਚੀ ਜੇ ਅਸਲ ਕੰਮ ਦਾ ਟਾਈਮ ਹੁੰਦਾ ਉਦੋਂ ਲੱਭਦਾ ਹੀ ਕੋਈ ਨਹੀਂ। ਉਹ ਬੂੜ ਦਾ ਬੂੜ ਆਪ ਇੱਥੇ ਰਹਿੰਦਾ ਕੋਈ, ਤੁਸੀਂ ਏਡੇ ਗੁੱਲਰ ਨੂੰ ਇੱਥੇ ਛੱਡਿਆ ਹੋਇਆ। ਆ ਬਿੱਟੂ ਆ ਆਏ ਹੋਰ ਆ ਕਿਤੇ ਛੇ ਫੁੱਟ ਲੰਮੀਆਂ ਹੁਣ ਮੇਰੀ ਗੱਲ ਸੁਣ, ਇੱਥੇ ਮੇਰੇ ਕੋਲ ਬਾਜਾ ਕੁਝ ਨੀ ਹੁੰਦਾ। ਇੰਜ ਕੰਮ ਕਰੋ ਬੇ ਲਗਾ ਜਾ ਰਾਣੇ ਹਲੇ ਉਹ ਤੂੰ ਹੋਰ ਖਬਰ ਇਹ ਲੈ ਕੇ ਆ ਵੀ ਅੱਜ ਰਾਣੇ ਵਾਲੇ ਕੀ ਚੱਲਦਾ ਪਿਆ, ਖਬਰ ਕੀ ਕੋਈ ਆਇਆ ਕੋਈ ਗਿਆ, ਵੀ ਕੋਈ ਇੰਝ ਦੀ ਚੰਗੀ ਖਬਰ ਲੈ ਕੇ ਆ ਵੀ ਮੁੜ ਮਾਲੋ ਮਾਲ ਹੋ ਜਾ। ਵੀ ਉਹਨਾਂ ਨੂੰ ਵਿਚਲੀ ਗੱਲ ਦਾ ਨਹੀਂ ਪਤਾ ਵੀ ਚੌਧਰੀ ਅਸਲ 'ਚ ਮੇਰਾ ਸੀ ਹੈ, ਇਸ ਗੱਲ ਦਾ ਉਹਨਾਂ ਨੂੰ ਨਹੀਂ ਪਤਾ ਤਾਂ ਪਤਾ ਲੱਗਣਾ ਵੀ ਨਹੀਂ ਚਾਹੀਦਾ। ਚੁੱਪ ਕਰਕੇ ਜਾ ਤੂੰ ਉੱਥੇ ਨੇੜੇ ਹੋ ਕੇ ਬਹਿ ਜਾ, ਮੈਨੂੰ ਪੁੱਛਣ ਕਿਵੇਂ ਆਇਆ ਤਾਂ ਕਿ ਮੈਂ ਤੁਬੇ ਦਾ ਪਤਾ ਕਰਨਾ, ਗੱਲ ਇਤਨੀ ਦੂਈ ਗੱਲ ਕੋਈ ਨਹੀਂ ਕਰਨੀ। ਹੈਂ ਜਾ ਮੇਰਾ ਪੁੱਤਰ ਬਜਦਾ ਜਾ ਤਾਂ ਬਜਦਾ ਆ ਵਾਪਸ, ਸ਼ਾਬਾਸ਼ ਲੈ ਉੱਡਦਾ ਜਾ ਤੂੰ ਉੱਡਦਾ ਆਵੀਂ। ਰਾਣਾ ਸਾਹਿਬ ਕੀ ਹਾਲ ਚਾਲ ਹੈ? ਠੀਕ ਹੈ। ਉਹ ਖਾਚ ਦੀ ਖਾਚ ਤੂੰ ਕਿਤੇ ਫਿਰਨਾ ਪਿਆ? ਮੈਂ ਆਪਣੇ ਅੱਬੂ ਨੂੰ ਲੱਭਣ ਆਇਆ ਸਾਂ। ਕਿਹੜੇ ਅੱਬੂ ਨੂੰ ਲੱਭਦਾ ਪਿਆ? ਇੱਧਰ ਤੁਸੀਂ ਉਹ ਤੋਂ ਠੱਗਾਂ ਦੇ ਡੇਰੇ ਤੇ ਰਾਤ ਦੇ ਹੋ, ਇੱਧਰ ਤੁਸੀਂ ਉੱਧਰ ਦੀ ਮੁੱਖ ਫਰੀ ਮੇਰੇ ਹਾਲ ਤੇ ਮੇਰੀ ਉਹਦੇ ਹਾਲ, ਕੀ ਤੁਸੀਂ ਵਕਤ ਪਾਇਆ ਹੋਇਆ? ਸ਼ੁਕਰ ਹੈ ਅੱਲਾ ਦਾ, ਠੱਗਾਂ ਤੋਂ ਵੀ ਸਾਡੀ ਤਾਂ ਜਾਨ ਛੁੱਟੀ ਹੋਈ ਹੈ, ਚੋਰਾਂ ਤੋਂ ਵੀ ਜਾਨ ਛੁੱਟੀ ਹੋਈ ਹੈ, ਅਸੀਂ ਫਾਰਾ ਡਾਉਣ ਸ਼ੁਕਰ ਅਲਹਮਦੁਲਿਲਾ ਅਸੀਂ ਰੱਜੇ ਪਏ ਹਾਂ ਚੋਰਾਂ ਤੋਂ। ਅਸਲਾਮ ਅਲੈਕਮ ਰਾਣਾ ਸਾਹਿਬ। ਵਾਲੇਕਮ ਸਲਾਮ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹੋਰ ਸਿਹਤ ਵੀ ਹੈ? ਠੀਕ ਹੈ, ਖੈਰੀਅਤ ਹੈ। ਇਹ ਕੀ ਦੱਸਾਂ ਯਾਰ, ਸਾਨੂੰ ਤਾਂ ਖੱਚਾਂ ਲਾ ਕੇ ਬਹਿ ਗਈਆਂ ਨੇ ਡਕੇਟ, ਉੱਧਰੋਂ ਉਹਦੇ ਡੇਰੇ ਧਰਾਦੇ ਨੇ, ਉੱਧਰੋਂ ਇੱਧਰ ਮੇਰੀ ਮੁਖਬਰੀ ਉੱਧਰ ਪਹੁੰਚਾਉਂਦੇ ਨੇ, ਉੱਧਰੋਂ ਮੇਰੇ ਵੱਲ ਪਹੁੰਚਾਉਂਦੇ ਨੇ। ਮੈਂ ਤਾਂ ਤੰਗ ਆ ਗਿਆ, ਮੈਂ ਤਾਂ ਸ਼ੁਕਰ ਕਰਨਾ ਪਿਆ ਰੱਬ ਦਾ ਕਿ ਅੱਗੇ ਚੋਰਾਂ ਤੋਂ ਜਾਨ ਛੁੱਟੀ ਹੈ, ਆਹ ਡਕੇਟਾਂ ਤੋਂ ਜਾਨ ਛੁੱਟ ਗਈ। ਉਹ ਰਾਣਾ ਸਾਹਿਬ ਛੱਡੋ ਛੱਡੋ, ਰਾਣਾ ਸਾਹਿਬ ਇਹਨੇ ਬਾਲ ਨੇ ਕੀ ਮੁਕਬਰੀਆਂ ਕਰਨੀਆਂ? ਤੁਸੀਂ ਹੋਰ ਸੁਣਾਓ, ਠੀਕ ਹੋ? ਉਹ ਠੀਕ ਹੈ, ਗੱਲ ਸੁਣ, ਬਾਲ ਦੀ ਗੱਲ ਨਾ ਕਰ, ਇਹ ਬਾਲ ਬੜੇ ਉੱਤਰੇ ਨੇ ਅੱਜ ਕੱਲ੍ਹ ਦੇ, ਤੁਹਾਨੂੰ ਕੀ ਪਤਾ ਹੈ? ਇਹ ਬਾਲ ਨੇ? ਉਹ ਬਾਲ ਨੇ, ਬਾਲਾਂ ਨੂੰ ਨਾ ਡਾਂਟਿਆ ਕਰੋ, ਦੂਸਰਿਆਂ ਦਾ ਖਿਆਲ ਰੱਖਿਆ ਕਰੋ। ਹੋਰ ਸੁਣਾਓ। ਠੀਕ, ਸ਼ੁਕਰ ਹੈ ਅੱਲਾ ਦਾ। ਤੂੰ ਸੁਣਾ ਕਿਵੇਂ ਆਣ ਹੋਇਆ? ਰਾਣਾ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਮੈਂ ਤੁਹਾਡੇ ਵਿਆਹ 'ਤੇ ਸਲਾਮੀ ਪਾਈ 2,50,000 ਰੁਪਈਆ। ਅੱਛਾ, ਠੀਕ ਹੈ, ਅਤੇ ਮੁੜ ਕੀ ਹੋਇਆ? ਮੈਂ ਬਸ ਯਾਦ ਕਰਾਉਣ ਆਇਆ, ਬੰਦਾ ਗਰਮੀ ਗੁਰਮੀ ਭੁੱਲ ਭੁੱਲ ਜਾਂਦਾ। ਕਿਹੜੀ ਗੱਲ ਹੈ, ਤੂੰ 2,50,000 ਪਾਈ ਹੈ, ਤੂੰ ਵਿਆਹ ਵੇਡ ਫਿਰਾ ਦਾ ਵੇਡ, ਭਾਵੇਂ ਦੁਬਾਰਾ ਆਪਣਾ ਵੇਡ ਲੈ, ਭਾਵੇਂ ਕਿਸੇ ਯਾਰ ਬੇਲੀ ਦਾ ਵੇਡ ਲੈ, ਮੈਂ 2,50,000 ਪਾ ਦੀ ਸਾਂ। ਕਿਆ ਬਾਤ ਹੈ, ਕਿਆ ਬਾਤ ਹੈ ਰਾਣਾ ਸਾਹਿਬ, ਕਿਆ ਬਾਤ ਹੈ। ਮੇਰੇ ਬੇਲੀ ਐਂਦੇ ਨੇ ਜਿਹੜੇ 1,00,000 ਰੁਪਈਆ ਸਲਾਮੀ ਦੇ ਸਨ ਨਾਲ, ਇਹ ਕਿਹੜੀ ਗੱਲ ਕਰ ਛੱਡੀਏ? ਵਾਹ ਜੀ ਵਾਹ ਵਾਹ ਰਾਣਾ ਸਾਹਿਬ, ਇਹੀ ਗੱਲਾਂ ਸੁਣਨ ਵਾਸਤੇ ਤੁਹਾਡੇ ਕੋਲ ਆਈਦਾ ਹੈ। ਅਤੇ ਵਾਕਈ ਹੁਣ ਵਿਆਹ ਜੇ ਆ ਗਿਆ ਜੇ ਛੋਟੇ ਭਰਾ ਦਾ, ਉਹ ਕਦੋਂ ਦੀ ਡੇਟ ਰੱਖੀ ਹੈ? ਬਸ ਤੁਹਾਨੂੰ ਕਾਰਡ ਆ ਜਾਏਗਾ। ਬਸ ਠੀਕ ਹੈ, ਮੋੜ ਕਿਹੜੀ ਗੱਲ ਹੈ, ਇਹ ਤਾਂ ਟੈਨਸ਼ਨ ਨਹੀਂ ਲੈਣੀ ਹੈਗੀ, ਕੋਈ ਮਸਲਾ ਹੀ ਕੋਈ ਨਹੀਂ। ਲਓ ਰਾਣਾ ਸਾਹਿਬ ਮੈਨੂੰ ਇਜਾਜ਼ਤ ਦਿਓ ਫਿਰ। ਠੀਕ ਹੈ, ਤੂੰ ਜਾ, ਮੋੜ ਟੈਨਸ਼ਨ ਨਹੀਂ ਲੈਣੀ ਹੈਗੀ। ਉਹ ਤੂੰ ਅਜੇ ਖੜਾ ਹੈ, ਮੈਂ ਹੀ ਤੈਨੂੰ ਕਿਹਾ ਭੱਜ ਜਾ, ਤੂੰ ਖੱਜ ਜੇ ਖੱਚੇ, ਉਹ ਡਕੇਟ ਤੈਨੂੰ ਸੱਦਾ ਉਹ ਸੀ ਲੱਭਦਾ ਪਿਆ, ਉਹ ਸੀ ਚੋਰ। ਰਾਣਾ ਸਾਹਿਬ ਤੁਹਾਡਾ ਮੂੰਹ ਇੰਝ ਹੈ ਜਿਵੇਂ ਮਾਈ ਘੁਮਾ ਕੇ ਰਸ਼ਕੇ 'ਚ ਮਾਰੀ ਹੁੰਦੀ ਹੈ। ਹੈ ਖੱਚ ਦੀਏ ਖੱਚੇ ਚੋਰੀ ਸਾਹਿਬ, ਚੋਰੀ ਸਾਹਿਬ, ਇੱਕ ਮੈਂ ਬੜੀ ਵੱਡੀ ਖਬਰ ਲੈ ਆਈ ਹਾਂ। ਲਾ ਫਿਰ ਕੰਮ ਹੋ ਗਿਆ। ਹੁਣ ਗੱਲ ਇਹ ਹੈ, ਉਹ ਜਿਹੜਾ ਬੰਦਾ ਆਇਆ ਉਹ ਤੈਨੂੰ ਦੇਣੇ ਨੇ ਪੈਸੇ, ਵੀ ਰਾਣੇ ਰਾਣੇ ਤੈਨੂੰ ਪਤਾ ਰਾਣਾ ਚਿੜਿਆ ਹੋਇਆ ਵਿਹਲਾ ਬੰਦਾ ਉਹਦੇ ਕੋਲ ਆ ਗਿਆ ਮਾਲੂ,
ਉਸ 2 ਲੱਖ ਦੀ ਬਜਾਏ ਉਸ ਕਰੋੜ ਵੀ ਦੇ ਛੱਡਣੇ, ਅਤੇ ਕਰਨਾ ਉਹਨੇ ਇਹ ਵੀ ਇੱਕ ਲੱਭਣਾ ਬੰਦਾ ਜਿਹੜਾ ਕਾਰਡ ਲੈ ਕੇ ਰਾਣੇ ਲੈ ਜਾਵੇ, ਕਾਰਡ ਆਪਾਂ ਆਪ ਲਿਖ ਦੇਣਾ ਤਾਂ ਅਗਲਾ ਕੰਮ ਵੇਖ ਮੈਂ ਕਰਦਾ ਕੀ ਹਾਂ, ਮਾਰਕੀ ਵੀ ਆਪਣੇ ਬੇਲੀਆਂ ਦੀ ਉਸ ਮਾਰਕੀ ਦੇ ਵਿੱਚ ਰਾਣੇ ਨੂੰ ਸਦਾ ਲੈਣਾ, ਅਤੇ ਵੇਖ ਆਪਾਂ ਗੇਮ ਕਿਵੇਂ ਪਾਉਂਦੇ ਹਾਂ, ਇੰਝ ਕੰਮ ਕਰ ਵੀ ਲਗਾ ਲਗਾ ਜਾ ਅਤੇ ਉਹ ਮੀਆਂ ਨਹੀਂ ਮੀਆਂ ਉਹ ਕਮਲੂ ਜਿਹਾ ਉਹਨੂੰ ਜਾ ਕੇ ਸੱਦ ਲਿਆ, ਹੈਲਾ ਜਾ ਫੈਦਾ ਜਾ ਮੇਰਾ ਪੁੱਤਰ ਸ਼ਾਬਾ ਚੋਰੀ ਕੋਲ ਆਖਣਾ ਕੇ ਯਾਰ ਤੇਰਾ ਬੇਲੀ ਜਿਹੜਾ ਸ਼ੇਖ ਹੈ ਨਾ ਉਹਦਾ ਕਾਰਡ ਹੈ, ਠੀਕ ਹੈ ਤੇ ਗੱਲ ਲੀਕ ਹੋਊ ਨਾ ਵੀ ਰੁਪਇਆ ਤੈਨੂੰ 5,000 ਦੀ ਸਾਂ ਕਾਰਡ ਚਾਕ ਲੈ ਕਾਰਡ ਲੈ ਬਿੰਡ ਮਾਰ ਟਾਈਮ ਥੋੜਾ ਕਾਰਡ ਲੈ ਕੇ ਵੱਜ ਕੇ ਜਾ ਲੈ 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 ਠੀਕ ਹੈ ਆ ਫੜ ਦੇ ਮੇਰਾ ਪੁੱਤਰ ਅੱਪੜ ਜਾ ਟਾਈਮ ਨਾਲ ਤੈਨੂੰ ਸ਼ੋ ਨਾ ਗੱਲ ਹੋਵੇ ਤੈਨੂੰ ਮੈਂ ਮੁੜ ਮੁੜ ਆਉਂਦਾ ਪਿਓ ਨਹੀਂ ਠੀਕ ਅੱਪੜ ਅੱਪੜ ਜਾ ਵਾ ਲੇਟ ਨਾ ਯਾਰਾ ਖਾਬ ਮੈਂ ਕਿਹਾ ਤੁਹਾਡੀ ਕੀ ਬਾਤ ਹੈ ਆਹੋ ਤੂੰ ਸੁਣਾ ਆ ਰਾਣਾ ਸਾਹਿਬ ਸ਼ਹਿਜ਼ਾਦੇ ਨੇ ਸਾਡੇ ਬੱਬਰ ਸ਼ੇਰ ਨੇ ਅੱਛਾ ਗੱਲ ਇਹ ਵੇ ਹਾਂਜੀ ਤੁਹਾਨੂੰ ਮੈਂ ਗੱਲ ਦੱਸਦਾ ਇੱਕ ਵਿਆਹ ਆਉਂਦਾ ਪਿਆ ਹਲਾ ਵਿਆਹ ਇੱਕ ਆਉਂਦਾ ਪਿਆ ਤੇ ਉੱਥੇ ਜਾਣਾ ਹੈ ਅਸਾਂ ਅੱਛਾ ਠੀਕ ਹੈ ਠੀਕ ਹੈ ਤੇ ਉੱਥੇ ਮਾਲ ਬੜਾ ਹੁੰਦਾ ਮਾਲ ਬੜਾ ਰਾਣਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਪਣਾ ਚੋਰੀ ਚੁੰਮਾ ਨਹੀਂ ਗਾ ਇੱਕ ਵਿਆਹ ਤੇ ਗਿਆ ਇਹਦੇ ਅੱਗੇ ਉਹਨਾਂ ਨੇ 20 ਨਾਨ ਰੱਖੇ ਆਂਦਾ 2 ਚੋਕਲੋ ਮੈਂ ਡੰਗਰ ਆ 18 ਖਾ ਗਿਆ ਓਏ ਹੋਏ ਹੋਏ ਉੱਥੇ ਗੋਸ਼ਤ ਹੋਣਾ ਅਰਨੀ ਦਾ ਮੱਛੀ ਦਾ ਬੱਕਰੇ ਦਾ ਕੱਟੇ ਦਾ ਫਿਰ ਨਹੀਂ ਜਿਹੜਾ ਬੇਲੀ ਹੈ ਨਾ ਉਹ ਵੀ ਬੜਾ ਸੌਖਾ ਹੈ ਤੇ ਇਹ ਨਹੀਂ ਮੇਰਾ ਖਾਵਣਾ ਨਹੀਂ ਥੱਕ ਕੇ ਆ ਜਾਵਣਾ ਅੱਛਾ ਲੱਖ ਲੱਖ ਰੁਪਇਆ ਸਲਾਮੀ ਵੀ ਪਾਵਣੀ ਲੱਖ ਲੱਖ ਰੁਪਇਆ ਰਾਣਾ ਸਾਹਿਬ ਇਹ ਗੱਲ ਨਾ ਕਰੋ ਤੁਸੀਂ ਮੈਂ ਬੜੇ ਪੈਸੇ ਪਾਏ ਨੇ ਮੈਂ ਇੰਨੇ ਪੈਸੇ ਪਾਉਣਾ ਵਾਂ ਕਿ ਅਗਲੇ ਪਰੇਸ਼ਾਨ ਹੋ ਜਾਂਦੇ ਨੇ ਮੈਂ ਇੱਕ ਵਿਆਹ 'ਤੇ ਟੁਰ ਗਿਆ ਭੁੱਖ ਬੜੀ ਲੱਗੀ ਸੀ ਅਤੇ ਮੈਂ ਜਨਾਬ ਮੈਨੂੰ ਕੁੜੀ ਵਾਲਿਆਂ ਪੁੱਛਿਆ ਕਿੱਧਰੋਂ ਹੈ ਮੈਂ ਕਿਹਾ ਜੀ ਮੁੰਡੇ ਵਾਲਾ ਹਾਂ ਅਤੇ ਬਾਅਦ 'ਚ ਮੈਂ ਉੱਥੇ ਖਲੋਤਾ ਅਤੇ ਮੁੰਡੇ ਵਾਲੇ ਆ ਗਏ ਉਹਨਾਂ ਕਿਹਾ ਕਿੱਧਰੋਂ ਹੈ ਮੈਂ ਕਿਹਾ ਜੀ ਕੁੜੀ ਵੱਲੋਂ ਹਾਂ ਉਹਨਾਂ ਕਿਹਾ ਠੀਕ ਹੈ ਜੇ ਲੈ ਰੋਟੀ ਖੁੱਲ੍ਹੀ ਮੈਂ ਦਰਵਣ ਲੱਗਾ ਅਤੇ ਕੁੜੀ ਵਾਲੇ ਅਤੇ ਮੁੰਡੇ ਵਾਲੇ ਇਕੱਠੇ ਤਾਂ ਉਹਨਾਂ ਮੈਨੂੰ ਫੜ ਲਿਆ ਉਹਨਾਂ ਕਿਹਾ ਕਿੱਧਰੋਂ ਮੈਂ ਕਿਹਾ ਜੀ ਭਾਂਡੇ ਧੋਣ ਵਾਲੀ ਦਾ ਪੁੱਤਰ ਹਾਂ ਸ਼ਰਮ ਨਹੀਂ ਆਈ ਹੈ ਡੋਬ ਕੇ ਮਾਰ ਵੰਜੇ ਜਾਨ ਤੇ ਬਚਾਣੀ ਸੀ ਨਾ ਆਪਣੀ ਕਿਸੇ ਤਰੀਕੇ ਨਾਲ ਲਾਹ ਲਾਣਤ ਆਈ ਤੇਰੇ ਲੋ ਉਹ ਤੁਸੀਂ ਲੱਖ ਦੀ ਗੱਲ ਕਰਦੇ ਹੋ ਲੱਖ ਦੀ ਲੱਖ ਮੈਂ 2 ਲੱਖ ਰੁਪਇਆ ਦਿਆਂਗਾ ਵਿਆਹ ਤੇ ਤੁਸੀਂ ਕੀ ਮੈਨੂੰ ਸਮਝਿਆ ਹੈ ਮਹਿੰਗਾ ਲੁੱਲੀ ਦਾਂਗਾ ਤਾਂ ਸਮਝਿਆ 4 ਲੱਖ ਦਾ ਤੇ ਖਾ ਜਾਂਦਾ ਟਾਪ ਪਿਆ ਲੈ ਜਾਤ ਅਮਨ ਤੁਮ ਵਾਲੇਕਮ ਸਲਾਮ ਉਹ ਤੁਹਾਡੇ ਭਾਜੀ ਕੀ ਹਾਲ ਹੈ ਤੇਰਾ ਮਾਮਲਾ ਰੁਕਦਾ ਚੁੱਪ ਕਰ ਗੱਲ ਬੰਦ ਕਰ ਪੜ ਲੈਂਦੇ ਉਹਨਾਂ ਨੂੰ
ਉਹ ਤੁਹਾਡੇ ਕੋਲੋਂ ਪੜਿਆ ਨਹੀਂ ਜਾਂਦਾ। ਉਹ ਯਾਰ ਮੈਂ ਕਿਹੜਾ ਪੜਿਆ, ਤੇ ਫਿਰ ਉਧਰ ਦਿਓ, ਮੈਂ ਗੱਲ ਕਰਨਾ ਪਿਆ ਨਾਲ ਯਾਰ, ਵੇਖ ਇਹਦੇ ਤੇ ਕੀ ਲਿਖਿਆ ਹੈ, ਕਾਟ ਆਇਆ ਹੈ ਪਹਾੜ ਖਾਈ ਨੂੰ। ਸੱਟ ਰਾਣਾ ਸਾਹਿਬ, ਇਹਦੇ 'ਤੇ ਤਾਂ ਸ਼ੇਖ ਜ਼ੈਨ ਦੇ ਭਾਈ ਅਰਸਲਾਨ ਦੀ ਸ਼ਾਦੀ ਦਾ ਇਹ ਕਾਰਡ ਏ। ਅੱਛਾ, ਹਾਂ, ਅਤੇ ਇਹ ਤੁਹਾਨੂੰ ਸੱਦਾ ਹੈ ਬਈ ਜੁਮੇ ਵਾਲੇ ਦਿਨ ਤੁਸੀਂ ਉਹਦੀ ਸ਼ਾਦੀ 'ਤੇ ਪਹੁੰਚਣਾ ਹੈ, ਅਤੇ ਬਲੀਮੇ 'ਤੇ ਰੋਟੀ ਦਾ ਬੜਾ ਇੰਤਜ਼ਾਮ ਵੀ ਲਿਖਿਆ ਜੇ। ਠੀਕ ਹੈ, ਤੂੰ ਜਾ, ਉਹ ਤੂੰ ਜਾ, ਅਸੀਂ ਤੈਨੂੰ ਜ਼ਰੂਰ ਬੁਲਾਵਾਂਗੇ, ਤੇਰਾ ਤੇਰੀ ਦਾਵਤ ਕਰਾਂਗੇ, ਜ਼ਰਾ ਜ਼ਹਿਰ ਸਸਤਾ ਲਵੇ। ਬੋਤਲ ਤਾਂ ਮੈਂ ਪੀ ਬੈਠਾ, ਗੱਲ ਇਹ ਤੇਰਾ 5000 ਹੋ ਗਿਆ ਪੱਕਾ, ਤੂੰ ਮੇਰੀ ਇੱਕ ਮਿੰਟ ਚੁੱਪ ਕਰ, ਪਰੇਸ਼ਾਨੀ ਨਹੀਂ ਲੈਣੀ, ਤੂੰ ਮੇਰਾ ਪੁੱਤਰ ਜਾ ਕੇ ਤੁਹਾਨੂੰ ਸੁਣਾਣੇ, ਠੀਕ ਹੈ, ਚੰਗਾ ਅੱਲਾ ਦੇ ਉੱਪਰ ਆਪੇ ਤੂੰ ਤੇਰੀ ਭੁੱਕੇ ਹੋਈ ਭੁੱਕਾ, ਉਹਨੇ ਦੀ ਪਾਣੀ ਪੁੱਤਰ, ਤੂੰ ਤੇਰੀ ਪਾਣੀ ਪੁੱਤਰ, ਉਹ ਜਾ ਯਾਰ ਮਰਜ਼ੀ ਹੈ ਜਿਹੜੀ ਕਿਸੇ ਨੂੰ ਦੱਸੀ ਨਾ ਆਲਾ। ਯਾਰ ਕੋਈ ਇੱਥੇ ਨਾ ਬੰਦਾ ਨਾ ਕੋਈ ਪਰਿੰਦਾ, ਉਹ ਯਾਰ ਅਸੀਂ ਕੋਈ ਘਰੋਂ ਫੌਤਗੀ ਤੇ ਆਏ ਆ, ਮੇਰੀ ਤੇ ਕੋਈ ਸਮਝੋ ਬਾਹਰ ਹੈ, ਕੋਈ ਸ਼ਾਇਦ ਇੱਥੇ ਨਜ਼ਰ ਨਹੀਂ ਆਉਂਦੇ ਪਈ, ਨਾ ਕੋਈ ਬੰਦਾ ਨਾ ਕੋਈ ਪਰਿੰਦਾ, ਕੋਈ ਸ਼ਾਇਦ ਨਹੀਂ ਹੈਗੀ। ਉਹ ਮੇਰੀ ਗੱਲ ਸੁਣੋ, ਇੱਥੇ ਜੰਗਲ ਉਜਾੜ, ਬੀਆਬਾਨ, ਖੌਫਨਾਕ ਜਿਹਾ ਮਾਹੌਲ ਹੈ, ਮੈਨੂੰ ਲੱਗਦਾ ਕਿ ਮਾਂ ਦੇ ਕੁੱਲਾਂ 'ਤੇ ਆਏ ਹਾਂ ਅਸੀਂ। ਓ ਰੁਕੋ ਰੁਕੋ, ਹਲੋ ਇਹਦੇ ਮੇਰੇ ਲਿਆ, ਤੂੰ ਕਿਆ ਸਾਈਡ 'ਤੇ ਹੋ, ਆ ਜਾਵਾ ਅੱਗੇ ਦੂਰ ਰਿਹਾ, ਇੱਥੇ ਠੱਗ ਬੈਠੇ ਵੀ ਫਿਰਦਾ ਪਿਆ। ਓ ਬਾਈ ਠੱਗ ਨਹੀਂ ਆ, ਮੇਰੀ ਸੁਣ ਗੱਲ, ਸ਼ੇਖ ਨਾਲ ਇਕੱਲਾ ਤੇਰਾ ਤਲਕ ਨਹੀਂ, ਸਾਡਾ ਵੀ ਤਲਕ ਹੈ, ਸਾਨੂੰ ਇੱਥੇ ਸਪੈਸ਼ਲ ਬਿਠਾ ਕੇ ਗਿਆ ਵੀ ਰਾਣੇ ਆਉਣਾ, ਤੂੰ ਖਾਣਾ ਖਵਾ ਦਿਆ, ਉਹ ਚਲੇ ਗਏ ਨੇ, ਉਹਨਾਂ ਤੁਸੀਂ ਤਾਂ ਦੁਬਈ ਜਾਣਾ ਸੀ, ਅਤੇ ਤੁਹਾਨੂੰ ਖਾਣਾ ਖਵਾਉਣਾ, ਅਤੇ ਉਸ ਤੋਂ ਬਾਅਦ ਤੁਹਾਨੂੰ ਸਲਾਮੀ ਲੈਣੀ ਤਾਂ ਅਸੀਂ ਵੀ ਉਹਨਾਂ ਦਾ ਮਗਰ ਨਿਕਲਣਾ, ਟਾਈਮ ਕੋਈ ਨਹੀਂ, ਤੋਰ ਆ ਗਿਆ ਦਫਾ ਹੋ ਸ਼ੇਖ ਸਾਹਿਬ, ਤੋਰ ਗਏ ਨੇ ਤਾਂ ਠੱਗਾਂ ਨੂੰ ਭਾ ਗਏ ਨੇ। ਉਹ ਬਾਈ ਠੱਗਾਂ ਨੂੰ ਨਹੀਂ ਬਾਇਆ, ਉਹ ਟੇਬਲ ਲੱਗਾ ਅਤੇ ਉੱਥੇ ਸਾਡਾ ਖਾਣਾ ਹੋਣਾ, ਆਹ ਸ਼ੇਖ ਸਾਹਿਬ ਦੇ ਬੰਦੇ ਨੇ, ਇਹਨਾਂ ਨੂੰ ਨਾ ਪੈਸੇ ਦੇਣੇ, ਤੁਸੀਂ ਸਲਾਮੀ ਲੈਣੀ ਸਾਡੇ ਕੋਲੋਂ, ਅਤੇ ਹੋਰ ਨਹੀਂ ਲੈਣੀ, ਅਸੀਂ ਇੰਝ ਕਰਕੇ ਸਲਾਮ ਕਰਕੇ ਤੋਰ ਜਾ, ਇਹ ਸਲਾਮੀ ਨਹੀਂ ਲੈਣੀ, ਪੈਸਿਆਂ ਵਾਲੀ ਲੈਣੀ, ਉੱਥੇ ਕਹਾਂ ਦਫਾ ਹੋਇਆ, ਆ ਜਾਓ ਅਗਾਂ ਰਾਣਾ ਸਾਹਿਬ, ਤੁਸੀਂ ਤਾਂ ਕਿਹਾ ਸੀ ਵਿਆਹ ਤੇ ਜਾਣਾ, ਸਾਨੂੰ ਤੇ ਲੱਗਦਾ ਤੁਸੀਂ ਇੱਥੇ ਸਾਨੂੰ ਵਰਕਸ਼ਾਪ ਚ ਲੈ ਆਂਦਾ ਹੈ। ਰਾਣਾ ਸਾਹਿਬ, ਤੁਸੀਂ ਆਉਂਦੇ ਸੋ ਉੱਥੇ ਬੜੇ ਬੜੇ ਮਾਲ ਆਉਣਾ, ਬੜਾ ਗੋਸ਼ਤ ਆਉਣਾ, ਹਰਨ ਆਉਣਾ, ਮੁਰਗਾ, ਉਹ ਗੱਲ ਤੇ ਸੁਣ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਹਰਨ ਵੀ ਆਉਂਦਾ ਹੈ, ਪਾਪ ਕੇ ਮੁਰਗਾ ਵੀ ਆਉਂਦਾ ਹੈ,
ਕੱਟਾ ਵੀ ਆਉਂਦਾ ਹੈ, ਅਗਰ ਤੂੰ ਕਵੇ ਤੇ ਖੋਤੇ ਦਾ ਗੋਸ਼ਤ ਉਹ ਵੀ ਹੋ ਵੈਸੇ ਤੂੰ ਟੈਨਸ਼ਨ ਕਿਉਂ ਲੈਣਾ ਹੈ, ਕਿਉਂ ਪਰੇਸ਼ਾਨ ਹੋਣਾ। ਰਾਣਾ ਸਾਹਿਬ ਤੁਹਾਡੇ ਗੋਸ਼ਤ ਦਾ ਕਦੋਂ ਉਹਨਾਂ ਨੇ ਦੱਸਿਆ? ਉਹ ਮੈਂ ਤੈਨੂੰ ਜਿਹੜੀ ਗੱਲ ਕਰਦਾ ਪਿਆ, ਮੈਂ ਜਦੋਂ ਤੁਹਾਨੂੰ ਲੈ ਕੇ ਆਇਆ, ਮੈਂ ਜੇ ਤੁਹਾਡੇ ਨਾਲ ਗੱਲ ਕਰ ਬੈਠਾ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ? ਆਉਂਦੀ ਏ, ਨਾਲ ਖੰਗ ਵੀ ਆਉਂਦੀ ਏ। ਖੰਗ ਆਉਂਦੀ ਹੈ ਤੇ ਮੋੜ ਜ਼ਹਿਰ ਪੀ ਲੈ। ਰਾਣਾ ਸਾਹਿਬ ਸਾਡੇ ਅੱਗੇ ਕੋਈ ਸ਼ਾਇਦ ਰੱਖੋ, ਸਾਨੂੰ ਪਤਾ ਲੱਗਿਆ ਸੀ ਰੋਟੀ ਖਾਣ ਆਏ ਆ। ਉਹ ਮੋੜ ਇੱਥੇ ਮੈਂ ਲੰਮਾ ਪੈ ਜਾਵਾਂ, ਮੈਨੂੰ ਚੱਕ ਮਾਰਨੇ ਨਹੀਂ? ਲੱਤੇ ਨੂੰ ਚੱਕ ਮਾਰ ਕੇ ਅਸੀਂ 14 ਟੀਕੇ ਲਵਾ ਲਈਏ। ਨਹੀਂ ਤੇ ਜਿੰਨਾਂ ਦਾ ਵਿਆਹ ਹੈ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਕਹੋ ਮੇਰੇ ਨਾਲ ਪ੍ਰਾਹੁਣੇ ਆਏ ਨੇ ਤੇ ਆ ਟੇਬਲ ਖਾਲੀ ਪਿਆ ਸੀ, ਇੱਥੇ ਬਹਿ ਕੇ ਸੌਣਾ ਇਹਦੇ ਤੇ। ਨਹੀਂ ਤੂੰ 14 ਟੀਕਿਆਂ ਦੀ ਗੱਲ ਕਰਦਾ ਪਿਆ, ਮੈਂ ਕੋਈ ਹਲਕਾ ਹੋਇਆ ਸਭ ਪੰਜਾਂ ਨਾਲ ਤੇ ਤੈਨੂੰ 14 ਟੀਕੇ ਲੱਗਣੇ ਨੇ? ਮੈਨੂੰ ਤੇ ਅੱਜ ਕੱਲ੍ਹ ਇੰਝ ਹੀ ਲੱਗਣ ਡਿਆ ਰਾਣਾ ਸਾਹਿਬ, ਕੋਈ ਸ਼ਾਇਦ ਲੱਭਣ ਨਹੀਂ। ਉਹ ਤੁਸੀਂ ਤੇ ਕਿਹਾ ਸੀ ਉੱਥੇ ਟੇਬਲ ਭਰੇ ਹੋਣਗੇ ਖਾਣਿਆਂ ਦੇ ਨਾਲ, ਉਹ ਪੇਟ ਦੇ ਵਿੱਚ ਚੂਹੇ ਪੈ ਦੌੜਦੇ ਨੇ ਭੁੱਖ ਨਾਲ, ਮਰ ਗਏ ਆ। ਇਹਦਾ ਵੇਖ ਲਓ ਲੱਸੀ ਬੱਕਰੀ ਵਗਰਾ ਮੂੰਹ ਹੋ ਗਿਆ ਭੁੱਖ ਨਾਲ। ਗੱਲ ਰਾਣਾ ਸਾਹਿਬ ਵੇਖ ਲਓ, ਹੁਣ ਤੇ ਮੇਰਾ ਮੂੰਹ ਇੰਝ ਹੋ ਗਿਆ ਹੈ ਜਿਵੇਂ ਚੋਈ ਬੱਕਰੀ ਦਾ ਥਣ ਹੁੰਦਾ। ਉਹ ਬੁਲਾਓ, ਉਹ ਕੋਈ ਨਹੀਂ ਤੁਸੀਂ ਮਰਦੇ। ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਆ, ਮੈਂ ਤੁਹਾਡੇ ਨਾਲ ਗੱਲ ਕਰ ਬੈਠਾ। ਇਹ ਜਿਹੜੀ ਗੱਲ ਕਰ ਬੈਠਾ ਭਾਈ, ਓਏ ਓ ਜਾਹਲ, ਕਦੀ ਭਾਲੇ ਭਾਲੇ ਕਦੀ ਖਾਣ ਪੀਣ ਨਹੀਂ ਆਇਆ ਦਾਵਤ, ਕੀ ਸ਼ੋਰ ਤੁਸੀਂ ਮਚਾਇਆ ਹੈ? ਬੰਦੇ ਨੇ ਕਿ ਖੱਚਾ ਹੀ ਨਹੀਂ, ਇਨਸਾਨ ਦੇ ਬੱਚੇ ਬਣੋ, ਆ ਜਾਂਦਾ ਖਾਣਾ। ਅਸੀਂ ਬੰਦੇ ਆ ਖੱਚਾ ਕਿ ਤੁਸੀਂ ਬੰਦੇ ਹੋ, ਤੁਸੀਂ ਨਹੀਂ ਖੱਚਾ। ਉਹਰਾ ਲੈ ਯਾਰ, ਇਹਨਾਂ ਦੇ ਅੱਗੇ ਪਾ ਪਾ, ਇਹਨਾਂ ਦੇ ਕੀ ਅਸੀਂ ਡੰਗਰ ਆ ਪਾ। ਹੋਰ ਤੁਸੀਂ ਕੀ ਹੋ, ਤੁਹਾਨੂੰ ਬੋਲਣ ਦੀ ਵੀ ਤਮੀਜ਼ ਅੱਗੇ ਰੱਖ ਨਾ। ਮਿੰਟ ਮਾਰੋ ਇਹੋ ਜਿਹਾ ਨਾਲ, ਲੋਕੀ ਕੜੀਕੀਆਂ ਚ ਲਾ ਕੇ ਚੂਹੇ ਫੜਦੇ ਨੇ ਜਿਹੜਾ ਸਾਨੂੰ। ਰਾਣਾ ਸਾਹਿਬ ਆ ਇੰਨਾ ਕੁ ਨਾਲ ਤੁਹਾਡੇ ਮੂੰਹ ਚ ਮੇਰੇ ਖਿਆਲ ਦੇ ਕੇ ਚੂਹਾ ਫੜ ਲਈਏ। ਤੁਸੀਂ ਜਿਹੜੀ ਗੱਲ ਕਰ, ਇੰਨੇ ਗੁਨਾਹਾਂ ਦੀ ਗੱਲ ਕਰਨੀ ਜੇ? ਉਹ ਭਾਈ ਮੈਂ ਤੈਨੂੰ ਪੁੱਛਣਾ ਪਿਆ, ਸ਼ੇਖ ਸਾਹਿਬ ਕਿੱਦਾਂ ਗਏ ਨੇ? ਤੈਨੂੰ ਮੈਂ ਬਕਵਾਸ ਕੀਤੀ ਵੀ, ਮੈਂ ਤੈਨੂੰ ਇਹ ਆਖਿਆ ਵੀ ਤੂੰ ਆਇਆ ਲੇਟ ਹੈ ਤੇ ਉਹ ਵਲੀਮਾ ਮੁਕਾ ਕੇ ਦੁਬਈ ਵਗ ਗਏ ਨੇ, ਉਹ ਮੈਨੂੰ ਤੇਰੇ ਗਾਣੇ ਇੱਥੇ ਬਣ ਗਏ ਨੇ, ਮੈਂ ਇੱਥੇ ਫਸਿਆ ਪਿਆ ਤੇਰੀ ਪਰ ਵੀ ਤੇਰੇ ਅੱਗੇ ਟੁੱਕਰ ਗਦਰਾਂ ਤੇ ਸਲਾਮੀ ਲੈਣੀ। ਬੰਦੇ ਹੀ ਨੇ, ਕਸੂਰ ਹੀ ਨੇ, ਕੀ ਬਣਾਈ ਨੇ ਤੁਸੀਂ? ਆ ਜਬ ਜਬ ਖਾਓ, ਤੂੰ ਤਾਂ ਠੀਕ ਸਲਾਮੀ ਦਿਓ। ਉੱਠੋ ਜੀ ਰਾਣਾ ਸਾਹਿਬ, ਇਹਨਾਂ ਨੂੰ ਸਲਾਮੀ ਦੇਈਏ। ਉੱਠੋ ਉੱਠੋ, ਨਾਨ ਹੋ ਗਏ ਆ ਬਈ। ਓ ਹੈਲੋ, ਕਿਤੇ ਸਲਾਮੀ ਚਾਹੀਦੀ ਹੈ? ਹਾਂ ਹੈਲੋ। ਨੋ 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 ਨੋ, ਠੀਕ ਹੈ ਬਾਈ ਸਲਾਮੀ। ਬਾਈ ਜੀ ਸਲਾਮੀ ਚਾਹੀਦੀ ਹੈ।